ਰੈਵਨਿਊ ਦੇ ਤੇ ਕਿਹ ਨਾਲ ਜੇ ਤੁਹਾਡੀ ਮжоਰਿਟੀ ਨਹੀਂ ਆਈ ਕਿਹਦੇ ਨਾਲ ਅਲਾਈਅንስ ਕਰਨਾ ਚਾਹੋਗੇ ਕਿਉਂਕਿ ਅਸਾ ਹੈ ਕਿ ਤੁਹਾਡਾ ਤੁਹਾਡਾ ਰਵਾਇਤੀ 파ਰਟਨਰ ਰਿਹਾ ਅਸਾ ਹੈ ਕਿ ਅਸੀਂ ਉਹਨ ਵੱਡੀ ਪਾਰਟੀ ਬਣ ਗਏ ਉਹਨ ਕਿਸੇ ਨਾ ਸਮਝੋਤੇ ਦੀ ਲੋੜ ਨਹੀਂ ਅਸੀਂ ਪੰਜਾਬ 'ਚ ਆਪਣਾ ਰੋਲ ਬਦਲ ਲਿਆ ਸਾਡਾ ਰੋਲ ਉਹਨ ਵੱਡੇ ਭਰਾ ਦਾ ਇਸ ਵਿੱਚ ਪੰਜਾਬ 'ਚ ਅਸੀਂ ਸਪਸ਼ਟ ਬਹੁਮਤ ਦੀ ਸਰਕਾਰ ਬਣਾ ਰਹੇ ਅਸੀਂ ਕਿਉਂ ਸੋਚਾਂਗੇ ਕਿਸ ਪਾਰਟੀ ਨਾਲ ਸਮਝੋਤਾ ਕਰਨਾ ਚਲੋ ਨਤੀਜੇ ਦੱਸਣੋਂ ਬਾਅਦ ਹੀ ਪਤਾ ਚੱਲ ਜੇ ਪ੍ਰੋਫੈਸਰ ਸੁਭਾਸ਼ ਨਾਲ ਨੇ ਡਬਲ ਇੰਜਨ ਦਾ ਦਾਵਾ ਕੀਤਾ ਜਾ ਰਿਹਾ ਲੇਕਿਨ ਡਬਲ ਇੰਜਨ ਤੇ ਅਕਾਲੀ ਦਲ ਨਾਲ ਤੁਹਾਡੀ ਭਾਈਵਾਲੀ ਸੀ ਤੁਸੀਂ ਪੰਜਾਬ ਚ ਰਾਜਨੀਤੀ ਕਰਦੇ ਹੋ ਉਸ ਵੇਲੇ ਕਿਉਂ ਨਹੀਂ ਡਬਲ ਇੰਜਨ ਤੁਹਾਡਾ ਸਟਾਰਟ ਹੋਇਆ ਕਿਉਂਕਿ ਕੁਝ ਸਾਲ ਤੇ ਤੁਹਾਨੂੰ ਮਿਲੀ ਗਏ ਸੀ ਜਦੋਂ ਮੋਦੀ ਸਰਕਾਰ ਸੈਂਟਰ ਸੀ ਪੰਜਾਬ ਚ ਅਕਾਲੀ ਦਲ ਔਰ ਬੀਜੇਪੀ ਸਰਕਾਰ ਸੀ ਉਦੋਂ ਕੀ ਰੁਕਾਵਟ ਸੀ ਨਹੀਂ ਉਦੋਂ ਰੁਕਾਵਟ ਨਹੀਂ ਸੀ ਔਰ ਤੁਹਾਨੂੰ ਦੱਸਾਂ ਉਸ ਵੇਲੇ ਵੀ ਪੰਜਾਬ ਚ ਬਹੁਤ ਕੰਮ ਹੋਏ ਆ ਉਹ ਠੀਕ ਹੈ ਕਿ ਅੱਜ ਅਸੀਂ ਸਾਡਾ ਗਠਬੰਧਨ ਨਹੀਂ ਰਿਹਾ ਸਾਡਾ ਗੱਠਜੋੜ ਨਹੀਂ ਰਿਹਾ ਲੇਕਿਨ ਅਕਾਲੀ ਭਾਜਪਾ ਦੀ ਸਰਕਾਰ ਨੂੰ ਮੈਂ ਦੋ ਕ੍ਰੈਡਿਟ ਜ਼ਰੂਰ ਦੇਣੇ ਆ ਇੱਕ ਤੇ ਪੰਜਾਬ ਚ ਪੀਸ ਐਂਡ ਹਾਰਮੋਨੀ ਨੂੰ ਸਥਾਪਿਤ ਕੀਤਾ ਚਾਹੇ ਪਹਿਲਾਂ ਆਟਲ ਜੀ ਦੀ ਸਰਕਾਰ ਕੇਂਦਰ ਚ ਰਹੀ ਉਸ ਵੇਲੇ ਵੀ ਅਸੀਂ ਸੱਤਾ ਚ ਸੀਗੇ ਉਦੋਂ ਵੀ ਕੇਂਦਰ ਨੇ ਬਹੁਤ ਸਹਾਇਤਾ ਕੀਤੀ ਬਹੁਤ ਸਾਰੇ ਪ੍ਰੋਜੈਕਟਸ ਆਏ ਜਦੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੀ ਉਦੋਂ ਵੀ ਕੁਝ ਸਾਲ ਪੰਜਾਬ ਚ ਸਾਡੇ ਗੱਠ ਜੋੜ ਦੀ ਸਰਕਾਰ ਸੀ ਚਾਹੇ ਸਾਡਾ ਹਿੱਸਾ ਛੋਟਾ ਹੀ ਸੀ ਲੇਕਿਨ ਨਰਿੰਦਰ ਮੋਦੀ ਜੀ ਦਾ ਪੰਜਾਬ ਦੇ ਪ੍ਰਤੀ ਜੋ ਪਿਆਰ ਹੈ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੇ ਮਨ 'ਚ ਜੋ ਇੱਕ ਪ੍ਰੇਮ ਦਾ ਸਤਕਾਰ ਦਾ ਭਾਵ ਹੈ ਤੁਸੀਂ ਦੇਖੋ ਸਰਕਾਰ ਬੰਦਿਆ ਮੋਦੀ ਸਾਹਿਬ ਨੇ ਸਭ ਤੋਂ ਪਹਿਲੇ ਜਿਹੜੇ ਕੰਮ ਕੀਤੇ ਸਨ ਉਹਨਾਂ 'ਚ ਇੱਕ ਕਮਈ ਸੀ ਕਿ 1984 ਦੇ ਦੰਗਿਆਂ ਦੇ ਇਨਸਾਫ ਲਈ ਸਿਟ ਬਣਾਈ 30 ਸਾਲ ਤੋਂ ਪੰਜਾਬੀ ਉਡੀਕ ਰਹੇ ਸੀ ਕਿ ਸਾਨੂੰ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਨੇ ਹੁਕੁਕਰਮ ਕੀਤਾ ਜਿਨ੍ਹਾਂ ਲੋਕਾਂ ਨੇ ਨਸਲ ਕੁਸ਼ੀ ਕੀਤੀ ਉਹਨਾਂ ਨੂੰ ਕਾਂਗਰਸ ਨੇ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਸਾਡੀ ਸਰਕਾਰ ਬਣੀ ਮੋਦੀ ਸਾਹਿਬ ਦੀ ਸਿੱਟ ਬਣੀ ਅੱਜ ਉਹ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਹੈ। ਪੰਜਾਬ ਨੂੰ ਜਿੱਤਲੀ ਸਾਹਿਬ ਨੂੰ ਯਾਦ ਆ ਫਾਈਨੈਂਸ ਮਿਨਿਸਟਰ ਬਣੇ ਅੱਜ ਅਸੀਂ ਗੁਰੂ ਨਗਰੀ ਚ ਬੈਠੇ ਆ ਇੱਥੇ ਉਹਨਾਂ ਨੇ ਚੋਣ ਵੀ ਲੜੀ ਚਾਹੇ ਉਹ ਨਹੀਂ ਜਿੱਤ ਪਾਈ ਸੀ। ਲੇਕਿਨ ਉਹਨਾਂ ਦੀ ਇੰਨੀ ਕਮਿਟਮੈਂਟ ਸੀ। ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਿੱਤਾ ਅਮਰੀਕ ਸਰ ਨੂੰ। 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦਿੱਤਾ ਬਠਿੰਡਾ ਨੂੰ। ਸ਼ਹੀਦ ਭਗਤ ਸਿੰਘ ਦਾ ਸੈਂਟਰ ਦਿੱਤਾ ਜਲੰਧਰ ਦੇ ਅੰਦਰ। ਕਿੰਨੇ ਪ੍ਰੋਜੈਕਟ ਚਾਹੇ ਉਹ ਸੜਕਾਂ ਦੇ ਸੀ ਚਾਹੇ ਉਹ ਪੁਲਾਂ ਦੇ ਸੀ ਚਾਹੇ ਉਹ ਹਾਈਵੇਜ਼ ਦੇ ਸੀ ਉਹ ਪੰਜਾਬ ਨੂੰ ਮਿਲੇ ਪੀਜੀਆਈ ਦੇ ਦੋ ਦੋ ਸੈਟਲਾਈਟ ਸੈਂਟਰ ਇੱਕ ਸੰਗਰੂਰ ਨੂੰ ਇੱਕ ਫਿਰੋਜ਼ਪੁਰ ਨੂੰ ਸੋ ਉਦੋਂ ਵੀ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਸੀ ਲੇਕਿਨ ਕਿਉਂਕਿ ਹਦੀ ਸਦਾਰੀ ਬੜੀ ਛੋਟੀ ਸੀ ਇਸ ਕਰਕੇ ਪੰਜਾਬ ਦਾ ਜੋ ਪਾਰਟ ਸੀਗਾ ਉਹਦੇ ਚ ਜੋ ਵੀ ਹੋਇਆ ਮੈਂ ਉਸ ਬਹਿਸ 'ਚ ਨਹੀਂ ਜਾਣਾ ਲੇਕਿਨ ਕੇਂਦਰ ਨੇ ਉਦੋਂ ਵੀ ਭਰਪੂਰ ਪ੍ਰਯਾਸ ਕੀਤਾ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਇਸ ਤੋਂ ਅੱਗੇ ਜਾ ਕੇ ਚਾਹੇ ਪਿਛਲੇ 5 ਸਾਲਾਂ 'ਚ ਕਾਂਗਰਸ ਦੀ ਸਰਕਾਰ ਆ ਪੰਜਾਬ 'ਚ ਉਦੇ باوجود ਵੀ ਕੇਂਦਰ ਸਰਕਾਰ ਦਾ ਪੰਜਾਬ ਨੂੰ ਜੋ ਦੇਣ ਦਾ ਸਹਾਇਤਾ ਦੇਣ ਦਾ ਜੋ ਕੰਮ ਨ ਰੁਕਿਆ ਨਹੀਂ ਹੈ ਅੱਜ ਸ਼ਹਿਰਾਂ ਦੇ ਅੰਦਰ ਚਾਹੇ ਸਾਡੇ ਕਾਂਗਰਸ ਦੇ ਐਮਐਲਏ ਜਾ ਕੇ ਫੀਤੇ ਕੱਟੀ ਜਾਣ ਲੇਕਿਨ ਪਤਾ ਸਭ ਨੂੰ ਕਿ ਉਹ ਪੈਸਾ ਤਾਂ ਅੰਮ੍ਰਿਤ ਯੋਜਨਾ ਦੇ ਤਹਿਤ ਆ ਰਿਹਾ ਹੈ ਚਾਹੇ ਪਿੰਡਾਂ ਦੇ ਅੰਦਰ ਚੈੱਕ ਵੰਡੀ ਜਾਣ ਕਾਂਗਰਸ ਦੇ ਐਮਐਲਏ ਲੇਕਿਨ ਉਹ ਪੈਸਾ ਸਾਰਾ ਕੇਂਦਰ ਸਰਕਾਰ ਦੇ ਵਿੱਤ ਕਮਿਸ਼ਨ ਵੱਲੋਂ ਆ ਰਿਹਾ ਹੈ ਚਾਹੇ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਹੁਣ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਚਾਹੇ ਉਹ ਕੋਵਿਡ ਦੇ ਦੌਰਾਨ ਅਸੀਂ ਦੇਖਿਆ ਪੰਜਾਬ ਦੇ 1 ਕਰੋੜ 41 ਲੱਖ ਲੋਕਾਂ ਲਈ ਰਾਸ਼ਨ ਨਰਿੰਦਰ ਮੋਦੀ ਜੀ ਨੇ ਭੇਜਿਆ ਹਾਲਾਂਕਿ ਪੰਜਾਬ ਸਰਕਾਰ ਘਟਾਲਾ ਕਰ ਗਈ ਥੋੜੇ ਸੌਫਟ ਨੇ ਗੱਲੀਦਲ ਤੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਮੈਂ ਸੌਫਟ ਨਹੀਂ ਆ ਮੈਂ ਦੱਸ ਰਿਹਾ ਕਿ ਕੇਂਦਰ ਜਿਹੜਾ ਹੈ ਉਹਦਾ ਜੋ ਰਵਈਆ ਉਹਦਾ ਜੋ ਰੁਖ ਪੰਜਾਬ ਪ੍ਰਤੀ ਰਿਹਾ ਹੈ ਹੁਣ ਜਿਹੜਾ ਅਗਲਾ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਤੁਹਾਨੂੰ ਬੜਾ ਸਪਸ਼ਟ ਅੱਜ ਕਹਿ ਰਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਪੰਜਾਬ ਚ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਬਣੇਗੀ ਉਹਨਾਂ ਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਹੁਣ ਭਾਰਤੀ ਜਨਤਾ ਪਾਰਟੀ ਦਾ ਇੰਜਨ ਲੱਗੇਗਾ ਸਪੀਡ ਕਈ ਗੁਣਾ ਜ਼ਿਆਦਾ ਹੋਏਗੀ ਉਸ ਸਮੇਂ ਦੇ ਦੌਰਾਨ ਜੋ ਰੁਕਾਵਟਾਂ ਸੀਗੀਆਂ ਉਸ ਸਮੇਂ ਦੌਰਾਨ ਜੋ ਕਲਚਰ ਪਨ ਪਿਆ ਉਸ ਤੋਂ ਪੰਜਾਬ ਨੂੰ ਮੁਕਤੀ ਦਿਲਾਵਾਂਗੇ ਨਿਚਾੜ ਬਿਲਕੁਲ